ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਅਤੇ SSP ਦਰਸ਼ਨ ਸਿੰਘ ਮਾਨ ਵੱਲੋਂ ਧਾਰਮਿਕ ਜਥੇਬੰਦੀਆਂ ਅਤੇ ਵਪਾਰਕ ਸ਼ਹਿਰ ਵਾਸੀਆਂ ਨਾਲ ਨਸ਼ੇ ਰੋਕਣ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਧਾਰਮਿਕ ਜਥੇਬੰਦੀਆਂ ਦੇ ਆਗੂ ਸਤਨਾਮ ਸਿੰਘ ਮਨਾਵਣਾ ਨੇ ਤਰਨ ਤਾਰਨ ਦੇ DC SSP ਦਰਸ਼ਨ ਸਿੰਘ ਮਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਸ਼ਿਆਂ ਪ੍ਰਤੀ ਬਹੁਤ ਗੰਭੀਰਤਾ ਰੱਖਣ ਦੀ ਲੋੜ ਹੈ। ਜੋ ਵੀ ਪ੍ਰਸ਼ਾਸਨ ਨੇ ਕਦਮ ਚੁੱਕੇ ਨੇ ਬਹੁਤ ਵਧੀਆ ਚੁੱਕੇ ਨੇ। ਅਸੀਂ ਸਦਾ ਪ੍ਰਸ਼ਾਸਨ ਦੇ ਨਾਲ ਸਦਾ ਸਹਿਯੋਗ ਦਿੰਦੇ ਰਹਾਂਗੇ, ਹੋਰ ਸਾਡੀ ਜੁੱਤੀ ਲੱਗੇਗੀ ਸੁਣਾਵਾਂਗੇ। ਅਸੀਂ ਸਾਰਿਆਂ ਨੂੰ ਪ੍ਰਚਾਰ ਕਰਦੇ ਹਾਂ, ਜਦੋਂ ਸਾਡੇ ਕੋਲ ਆਉਂਦਾ ਸੜਕਾਂ ਆਉਂਦੀਆਂ ਟੱਕਾਂ 'ਤੇ ਜਾਂਦਾ, ਉਹਨੂੰ ਸਾਰਾ ਪ੍ਰਚਾਰ ਕਰਦੇ ਹਾਂ ਵੀ ਤੁਸੀਂ ਨਸ਼ੇ ਦੀ ਬਚੋ। ਕਈਆਂ ਦਾ ਅਸੀਂ ਨਸ਼ਾ ਛਡਾਉਣੇ ਵੀ ਹਾਂ। ਹਾਂ ਜੀ, ਅਸੀਂ ਤੱਕ ਕਰਦੇ ਹਾਂ ਵੀ ਨਸ਼ਾ ਛਡਾਉਣੇ ਹਾਂ, ਥੋੜ੍ਹਾ ਬਹੁਤਾ ਖਰਚਾ ਵੀ ਲੈਂਦੇ ਹਾਂ ਜਿੰਨਾ ਕੁ ਨੋਰਮਲ ਹੁੰਦਾ। ਅੱਜ ਰਿਲੀਜੀਅਸ ਔਰਗੇਨਾਈਜੇਸ਼ਨਸ, ਟ੍ਰੇਡਰਸ, ਰਿਲੀਜੀਅਸ ਆਗੂਜ਼, ਉਹਨਾਂ ਨਾਲ ਮੀਟਿੰਗ ਜਿਹੜੀ ਕੀਤੀ ਗਈ ਹੈ। ਅਸੀਂ ਜਿਹੜੀ ਨਸ਼ਿਆਂ ਦੇ ਬਾਰੇ ਉੱਥੇ ਵੀ ਗੱਲ ਕੀਤੀ ਹੈ ਕਿ ਜ਼ਿਲ੍ਹੇ ਦੇ ਵਿੱਚ ਨਸ਼ਾ ਜਿਹੜਾ ਸੀ ਬਿਲਕੁਲ ਨਹੀਂ ਰਹਿਣ ਦੇਣਾ ਹੈ। ਉਹਦੇ ਲਈ ਉਹਨਾਂ ਨੂੰ ਅਪੀਲ ਕੀਤੀ ਗਈ, ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਵੀ ਆਪਣੇ ਜਿਹੜੇ ਪ੍ਰਵਚਨ ਹੈ ਉਹਨਾਂ ਵਿੱਚ ਉਹਨਾਂ ਨੂੰ ਵੀ ਲੋਕਾਂ ਨੂੰ ਬੇਨਤੀ ਕਰਨ ਕਿ ਕੋਈ ਵੀ ਜਿਹੜਾ ਇਹ ਜਿਹੜੇ ਬੱਚੇ ਇਸ ਦੇ ਵਿੱਚ ਲੱਗੇ ਹੋਏ ਆ ਨਸ਼ਿਆਂ ਨੂੰ, ਉਹਨਾਂ ਨੂੰ ਨਸ਼ੇ ਛਡਾਉਣ ਦੇ ਲਈ ਵਿੱਚ ਪ੍ਰਸ਼ਾਸਨ ਨੇ ਪੂਰਾ ਆਪਣਾ ਇੱਕ ਪ੍ਰੋਗਰਾਮ ਲਿਖਿਆ ਗਿਆ ਹੈ। ਜਿੱਥੇ ਉਹਨਾਂ ਨੂੰ ਨਸ਼ੇ ਛਡਾਏ ਜਾਊਗੇ ਉਹਦੇ ਨਾਲ ਨਾਲ ਉਹਨਾਂ ਨੂੰ ਜਿਹੜਾ ਹੁਨਰਮੰਦ ਕਰਕੇ ਉਹਨਾਂ ਨੂੰ ਜੋ ਜਿਹੜਾ ਆ ਉਹਨਾਂ ਦੇ ਕੰਮ ਵਗੈਰਾ ਦੇ ਲਈ ਲੋਨ ਵੀ ਪ੍ਰੋਵਾਈਡ ਕੀਤੇ ਜਾਣਗੇ। ਉਹ ਪ੍ਰੋਪਰ ਇੱਕ ਜਿਹੜੀ ਪ੍ਰੋਸੈਸ ਹੈ ਉਹ ਉਹਨਾਂ ਨਾਲ ਟੋਟਲ ਡਿਸਕਸ ਕੀਤੀ ਗਈ ਹੈ ਅਤੇ ਉਹਨਾਂ ਨਾਲ ਹੋਰ ਵੀ ਅਸੀਂ ਜਿਹੜੇ ਆਪਣੇ ਆਗੂ ਧਾਰਮਿਕ ਆਗੂ ਉਹਨਾਂ ਨਾਲ ਹੋਰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਮੀਟਿੰਗਾਂ ਉਹ ਕਰਦੇ ਰਹਾਂ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।